ਕੀ ਨਾਮ ਜੀ ਤੁਹਾਡਾ ਮੇਰਾ ਨਾਮ ਨਵਦੀਪ ਅਗਰਵਾਲ ਹੈ ਜੀ ਕੀ ਕਹਿਣਾ ਹੈਗਾ ਜਿਸ ਤਰ੍ਹਾਂ ਮੈਂ ਗਾਂਧੀਨਗਰ ਦੇ ਰਹਿਣ ਵਾਲਾ ਹੈਗਾ ਤੇ ਸਾਡੇ ਮੁਹੱਲੇ ਨਾ 15 16 ਬਾਂਦਰ ਮੇਰੇ ਬ੍ਰਦਰ ਨੂੰ ਇਕੱਠੇ ਪੈ ਗਏ ਹੈਗੇ ਆ ਸਾਡੇ ਮੁਹੱਲੇ ਬਾਂਦਰ ਇੰਨੇ ਜ਼ਿਆਦਾ ਹੋ ਗਏ ਆ ਕਿ ਜੇ ਨਾ ਉਹ ਕੋਠੇ ਕੱਪੜੇ ਉਤਾਰਨ ਗਿਆ ਤੇ ਸਾਰੇ ਬਾਂਦਰ ਉਹਨੂੰ ਇਕੱਠੇ ਪੈ ਗਏ ਦਹਿਸ਼ਤ ਨਾਲ ਉਹਨੇ ਕੋਠੋ ਦੇ ਥੱਲੇ ਛਲਾਂਗ ਲਗਾਤੀ ਤੇ ਜੇ ਨਾ ਕਾਫੀ ਡੈਮੇਜ ਹੋਇਆ ਤੇ ਬਾਅਦ ਹੀ ਹੱਥ ਦੀ ਹੱਡੀ ਟੁੱਟ ਗਈ ਹੈ ਕਾਫੀ ਲੱਗਿਆ ਉਹਨੂੰ ਤੇ ਹੁਣ ਇਸ ਟਾਈਮ ਹੋਸਪਿਟਲ ਐਮਰਜੈਂਸੀ ਵਾਰਡ 'ਚ ਹੈਗੇ ਆ ਪਰ ਜਿਹੜੇ ਸਾਡੇ ਮੁਹੱਲੇ ਦੇ ਲੋਕੀ ਹੈਗੇ ਨਾ ਬੜੇ ਗਲਤ ਕਰਦੇ ਹੈਗੇ ਆ ਕਦੀ ਬਾਂਦਰਾਂ ਨੂੰ ਕੇਲੇ ਪਾ ਦਿੰਦੇ ਆ ਕਦੀ ਛੋਲੇ ਪਾ ਦਿੰਦੇ ਆ ਜਿਹਦੇ ਨਾਲ ਨੁਕਸਾਨ ਹੁੰਦਾ ਤੇ ਮਨਾ ਵੀ ਕਰਦੇ ਆ ਪਰ ਉਹ ਹਟਦੇ ਨਹੀਂ ਹੈਗੇ ਪਰ ਅਜੇ ਬਾਂਦਰ ਹੈਗੇ ਆ ਜੰਗਲਾਂ 'ਚ ਖਾਣ ਵਾਸਤੇ ਬੜਾ ਕੁਛ ਹੈਗਾ ਉਹਨਾਂ ਦੇ ਪਰ ਲੋਕੀ ਜਿਹੜੇ ਮੁਹੱਲੇ ਦੇ ਹੈਗੇ ਉਹ ਹਟਦੇ ਨਹੀਂ ਹੈਗੇ ਕਹਿਣ ਸੁਣਨ ਤੋਂ ਬਾਅਦ ਵੀ ਨਹੀਂ ਹਟਦੇ ਹੈਗੇ ਜੇ ਨਾ ਸਾਨੂੰ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਮੇਰਾ ਆਪਣਾ ਬ੍ਰਦਰ ਹੈਗਾ ਜਿਹੜਾ ਹੁਣ ਹਸਪੀਟਲ 'ਚ ਐਮਰਜੈਂਸੀ ਵਾਰਡ 'ਚ ਐਡਮਿਟ ਹੈਗਾ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਬਾਂਦਰਾਂ ਨੂੰ ਜਾਂ ਕਿਸੇ ਜਾਨਵਰਾਂ ਨੂੰ ਕੁਛ ਪਾਉਂਦੇ ਹੋ ਨਾ ਪਾਓ ਜੇ ਨਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੰਗਲ 'ਚ ਹੈਗੇ ਆ ਜੰਗਲ 'ਚ ਜਾਣ ਦਿਓ ਉਹਨਾਂ ਨੂੰ ਇੱਥੇ ਸ਼ਹਿਰ 'ਚ ਨਾ ਉਠਾਓ ਮੇਰੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈਗੀ ਹੈ ਕਿ ਇਹ ਜਿਹੜੇ ਜਾਨਵਰ ਹੈਗੇ ਇਹਨਾਂ ਦਾ ਕੁਛ ਕਰੋ ਕਿ ਜੇ ਨਾ ਸਾਨੂੰ ਕੋਈ ਨੁਕਸਾਨ ਨਾ ਹੋਏ ਆਸਾ ਬਾਂਦਰ ਪਏ ਪੰਜ ਛੇ ਬਾਂਦਰ ਸੀ ਉਹਨਾਂ ਨੇ ਛਾਲ ਮਾਰੀ ਜਾਮ ਚਾਨ ਦੀ ਖਾਤਰ ਮੂੰਹ ਭਰ ਪਏ ਚੁੱਕ ਕੇ ਅਸੀਂ ਹੋਸਪਿਟਲ ਦਾ ਉਹਨੂੰ ਹਸਪਤਾਲ ਪਜਾਇਆ ਕਿੱਥੇ ਸੀਗਾ ਇਹ ਕੋਠੇ ਤੇ ਸੀ ਪੰਜ ਛੇ ਬਾਂਦਰ ਇਕੱਠੇ ਪੈ ਗਏ ਦੂਜੀ ਮੰਜ਼ਿਲ ਤੇ ਹੁਣ ਹਸਪਤਾਲ ਲੈ ਗਏ ਹੁਣ ਨੀ ਪਤਾ ਇੱਥੇ ਅਸੀਂ ਹੋਸਪਿਟਲ ਨੂੰ ਜਾਂਦਾ ਸੀ ਥੋੜ੍ਹਾ ਜਿਹਾ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਨਵਦੀਪ ਅਗਰਵਾਲ ਹੈ ਜੀ ਕੀ ਕਹਿਣਾ ਹੈਗਾ ਜਿਸ ਤਰ੍ਹਾਂ ਮੈਂ ਗਾਂਧੀਨਗਰ ਦੇ ਰਹਿਣ ਵਾਲਾ ਹੈਗਾ ਤੇ ਸਾਡੇ ਮੁਹੱਲੇ ਨਾ 15 16 ਬਾਂਦਰ ਮੇਰੇ ਬ੍ਰਦਰ ਨੂੰ ਇਕੱਠੇ ਪੈ ਗਏ ਹੈਗੇ ਆ ਸਾਡੇ ਮੁਹੱਲੇ ਬਾਂਦਰ ਇੰਨੇ ਜ਼ਿਆਦਾ ਹੋ ਗਏ ਆ ਕਿ ਜੇ ਨਾ ਉਹ ਕੋਠੇ ਕੱਪੜੇ ਉਤਾਰਨ ਗਿਆ ਤੇ ਸਾਰੇ ਬਾਂਦਰ ਉਹਨੂੰ ਇਕੱਠੇ ਪੈ ਗਏ ਦਹਿਸ਼ਤ ਨਾਲ ਉਹਨੇ ਕੋਠੋ ਦੇ ਥੱਲੇ ਛਲਾਂਗ ਲਗਾਤੀ ਤੇ ਜੇ ਨਾ ਕਾਫੀ ਡੈਮੇਜ ਹੋਇਆ ਤੇ ਬਾਅਦ ਹੀ ਹੱਥ ਦੀ ਹੱਡੀ ਟੁੱਟ ਗਈ ਹੈ ਕਾਫੀ ਲੱਗਿਆ ਉਹਨੂੰ ਤੇ ਹੁਣ ਇਸ ਟਾਈਮ ਹੋਸਪਿਟਲ ਐਮਰਜੈਂਸੀ ਵਾਰਡ 'ਚ ਹੈਗੇ ਆ ਪਰ ਜਿਹੜੇ ਸਾਡੇ ਮੁਹੱਲੇ ਦੇ ਲੋਕੀ ਹੈਗੇ ਨਾ ਬੜੇ ਗਲਤ ਕਰਦੇ ਹੈਗੇ ਆ ਕਦੀ ਬਾਂਦਰਾਂ ਨੂੰ ਕੇਲੇ ਪਾ ਦਿੰਦੇ ਆ ਕਦੀ ਛੋਲੇ ਪਾ ਦਿੰਦੇ ਆ ਜਿਹਦੇ ਨਾਲ ਨੁਕਸਾਨ ਹੁੰਦਾ ਤੇ ਮਨਾ ਵੀ ਕਰਦੇ ਆ ਪਰ ਉਹ ਹਟਦੇ ਨਹੀਂ ਹੈਗੇ ਪਰ ਅਜੇ ਬਾਂਦਰ ਹੈਗੇ ਆ ਜੰਗਲਾਂ 'ਚ ਖਾਣ ਵਾਸਤੇ ਬੜਾ ਕੁਛ ਹੈਗਾ ਉਹਨਾਂ ਦੇ ਪਰ ਲੋਕੀ ਜਿਹੜੇ ਮੁਹੱਲੇ ਦੇ ਹੈਗੇ ਉਹ ਹਟਦੇ ਨਹੀਂ ਹੈਗੇ ਕਹਿਣ ਸੁਣਨ ਤੋਂ ਬਾਅਦ ਵੀ ਨਹੀਂ ਹਟਦੇ ਹੈਗੇ ਜੇ ਨਾ ਸਾਨੂੰ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਮੇਰਾ ਆਪਣਾ ਬ੍ਰਦਰ ਹੈਗਾ ਜਿਹੜਾ ਹੁਣ ਹੋਸਪਿਟਲ 'ਚ ਐਮਰਜੈਂਸੀ ਵਾਰਡ 'ਚ ਐਡਮਿਟ ਹੈਗਾ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਬਾਂਦਰਾਂ ਨੂੰ ਜਾਂ ਕਿਸੇ ਜਾਨਵਰਾਂ ਨੂੰ ਕੁਛ ਪਾਉਂਦੇ ਹੋ ਨਾ ਪਾਓ ਜੇ ਨਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੰਗਲ 'ਚ ਹੈਗੇ ਆ ਜੰਗਲ 'ਚ ਜਾਣ ਦਿਓ ਉਹਨਾਂ ਨੂੰ ਇੱਥੇ ਸ਼ਹਿਰ 'ਚ ਨਾ ਉਠਾਓ ਮੇਰੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈਗੀ ਹੈ ਕਿ ਇਹ ਜਿਹੜੇ ਜਾਨਵਰ ਹੈਗੇ ਇਹਨਾਂ ਦਾ ਕੁਛ ਕਰੋ ਕਿ ਜੇ ਨਾ ਸਾਨੂੰ ਕੋਈ ਨੁਕਸਾਨ ਨਾ ਹੋਏ ਕੀ ਹਾਸਾ ਹੋਇਆ ਹਾਸਾ ਬਾਂਦਰ ਪਏ ਪੰਜ ਛੇ ਬਾਂਦਰ ਸੀ ਉਹਨਾਂ ਨੇ ਛਾਲ ਮਾਰੀ ਜਾਮ ਚਾਨ ਦੀ ਖਾਤਰ ਮੂੰਹ ਭਰ ਪਏ ਚੁੱਕ ਕੇ ਅਸੀਂ ਹੋਸਪਿਟਲ ਦਾ ਉਹਨੂੰ ਹਸਪਤਾਲ ਪਜਾਇਆ ਇਹ ਕੋਠੇ ਤੇ ਸੀ ਪੰਜ ਛੇ ਬਾਂਦਰ ਇਕੱਠੇ ਪੈ ਗਏ ਦੂਜੀ ਮੰਜ਼ਿਲ ਤੇ ਹੁਣ ਹਸਪਤਾਲ ਲੈ ਗਏ ਹੁਣ ਨੀ ਪਤਾ ਇੱਥੇ ਅਸੀਂ ਹੋਸਪਿਟਲ ਨੂੰ ਜਾਂਦਾ ਸੀ ਥੋੜ੍ਹਾ ਜਿਹਾ